ਜਗ ਨਿਊਜ਼ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਦੋਸਤੋ, ਜੇਕਰ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਵਾਲਾ ਆਈਕਨ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਖਬਰਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ। ਜਿੱਤ ਗਿਆ ਤੂੰ ਅਸੀਂ ਬਹਿ ਗਏ ਵਾਰੀ।
ਜਿਨ੍ਹਾਂ ਨੇ ਤੂੰਬੀ ਦੀ ਖੋਜ ਕੀਤੀ, ਬਹੁਤ ਵੱਡੀ ਦੇਣ ਆ ਸਾਡੇ ਪੰਜਾਬੀ ਸੱਭਿਆਚਾਰ ਨੂੰ। ਬਹੁਤ ਬਹੁਤ ਮਿਹਰਬਾਨੀ ਬਾਬਾ ਜੀ। ਬੂਟਾ ਸਿੰਘ ਜੀ ਗਰੇਵਾਲ ਸਾਹਿਬ, ਬਹੁਤ ਸਾਰਾ ਮਾਣ, ਤਹਿ ਦਿਲੋਂ ਧੰਨਵਾਦੀ, ਬਹੁਤ ਬਹੁਤ ਮਿਹਰਬਾਨੀ। ਜਦੋਂ ਮੂਡ ਵਿੱਚ ਹੁੰਦੇ ਸੀ ਜਮਨਾ ਸਾਹਿਬ, ਫਿਰ ਕਿਵੇਂ ਗਾਉਂਦੇ ਸੀ, ਕਿਹੜਾ ਗੀਤ ਗਾਉਂਦੇ ਸੀ,
ਚੁੱਕੀ ਜਵਾਨ ਵੇਖ ਮੇਰੀ ਨੱਠ ਦੇ ਚੁੱਕੀ ਜਰਾ ਲਿਖ ਕੇ ਚੁੱਕੀ ਜਵਾਨ ਵੇਖ ਮੇਰੀ ਨੱਠ ਦੇ ਚੁੱਕੀ ਜਰਾ ਲਿਖ ਕੇ ਚੁੱਕੀ ਜਵਾਨ ਵੇਖ ਉਹ ਸ਼ਹਿਰ ਪੰਬੋਰ ਚ ਵਸਦੀ ਉਹ ਕੁੜੀਓ ਤੁਸੀਂ ਨੱਕ ਵਿੱਚ ਨੱਠ ਨਾ ਪਾਇਓ ਨੀ ਮੈਂ ਭੁੱਲੀ ਤੁਸੀਂ ਭੁੱਲਣਾ ਨੀ ਜਾਣਾ ਯਾਰੀ ਨਾਲ ਬੋਲੋ ਛਾ ਲਾਇਓ ਨਿਮ ਕੇ ਚੁੱਕੀ ਜਵਾਨਾਂ ਵਿੱਚ ਮੇਰੀ ਨੱਠ ਦੇ ਛੋਟੀ ਬੱਚੀ ਦੂਸਰਾ ਮਾਨ ਕਰਦੀ ਅਮਲਾ ਸਾਹਿਬ ਤੋਂ ਖੁਸ਼ ਹੋ ਕੇ ਬੜੀ ਮਿਹਰਬਾਨੀ ਨਿਮ ਕੇ ਚੁੱਕੀ ਜਵਾਨ ਵੇਖ ਮੇਰੀ ਨੱਠ ਦੇ ਦਿੱਤੀ ਨਿਮ ਕੇ ਚੁੱਕੀ ਜਵਾਨਾਂ ਤੇ ਕਦੇ ਕਦੇ ਗਾਉਂਦੇ ਉਹ ਇਸ਼ਕ ਦੀ ਮੰਜ਼ਲ ਦੂਰ ਦਰੇ ਕਿ ਤੇਰਾ ਵਿੱਚ ਜਾਂਦਾ ਖਿੜਕੀ ਨਾ ਤੇ ਪਾਣੀ ਦੇ ਵਿੱਚੋਂ ਕੁਝ ਨਹੀਂ ਲੱਭਣਾ ਤੇ ਪਾ ਮਦਾਨੀ ਰਿੜਕੀ ਨਾ ਯਮਲਿਆ ਕੀ ਲੈਣਾ ਯਮਲਿਆ ਕੀ ਲੈਣਾ ਯਮਲਿਆ ਕੀ ਲੈਣਾ ਕਰਕੇ ਕਿਸੇ ਦੇ ਨਾਲ ਕਦੇ ਕਦੇ ਗਾਉਂਦੇ ਬਿੱਟੂ ਭਾਅ ਜੀ ਜਿਹੜੇ ਅੱਜ ਕੱਲ੍ਹ ਗੀਤ ਚੱਲਦੇ ਆ ਉਹਨਾਂ ਨੇ ਪਹਿਲੇ 70 ਸਾਲ ਪਹਿਲੇ ਗਾਉਂਦੇ ਕੀ ਆ ਵਿਸਕੀ ਦੀ ਬੋਤਲ ਵਰਗੀ ਆ ਵਿਸਕੀ ਦੀ ਬੋਤਲ ਵਰਗੀ ਆ ਵਿਸਕੀ ਦੀ ਬੋਤਲ ਵਰਗੀ ਮੈਂ ਕੁਕੜੀ ਫਸਾ ਲਿਆ ਅੱਜ ਉਹਦਾ ਮੋਢਾ ਖਾਲੀ ਸੀ ਹੋਣੇ ਵਿੱਚ ਪਾ ਲਿਆ ਤੇਰੇ ਨੀ ਕਰਾਰਾ ਮਨ ਪੱਟਿਆ ਤੇਰੇ ਨੀ ਕਰਾਰਾ ਮਨ ਪੱਟਿਆ ਬਸ ਮੈਂ ਕਿਤਿਆਂ ਨੀ ਪੁੱਛਿਆ ਤੇਰੇ ਨੀ ਕਰਾਰਾ ਮਨ ਪੱਟਿਆ ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਵਾਉਂਦਾ ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਵਾਉਂਦਾ ਜਿਹੜਾ ਜਾਣੇ ਸਾਡੇ ਨੂੰ ਮੇਰਾ ਹੀ ਜਵਾਨ ਜਿਹੜਾ ਜਾਣੇ ਸਾਡੇ ਨੂੰ ਮੇਰਾ ਹੀ ਜਵਾਨ ਪਰ ਛੱਡ ਇਹ ਅਨਾਵਾ ਉਹ ਜੰਗਲ ਦੇ ਵਿੱਚ ਕੁਹਾ ਲਵਾ ਦੇ ਉੱਤੇ ਰਖਾ ਦੇ ਦੋ ਸਕੀਆ ਨਾਮ ਸਹੀ ਦਾ ਬੋ ਨਾ ਕਰ ਨੀਂਦ ਪਿਆਰੀ ਐਨੀ
ਇਸ ਨਾ ਪਾਰ ਲੰਘਾਉਣਾ। ਇੱਕ ਦਿਨ ਬੰਦੇ ਆਇਆ ਐਸਾ ਸੋਹਣਾ ਵੇ ਕਦੇ ਜਾਗ ਨਹੀਂ ਆਉਣਾ। ਬਾਬਾ ਵਾਲੀ ਗੱਠੜੀ ਤੇਰੀ ਆਪਾ ਵਾਲੀ ਗੱਠੜੀ ਤੇਰੀ ਤੂੰ ਐਵੇਂ ਨਾ ਫਰੋ ਨਾਮ ਸਾਈ ਦਾ ਬੋਲ ਬੰਦੇ ਨਾਮ ਸਾਈ ਦਾ ਬੋਲ ਨਾਮ ਸਾਈ ਦਾ ਬੋਲ ਬੰਦੇ ਚੋਰੀ ਯਾਰੀ ਠੱਗੀ ਦਗਾ ਭਰੇ ਜਾਨਾ ਮੁੜ ਕੇ ਤੇਰੇ ਹੱਥ ਨਹੀਂ ਆਉਣਾ। ਇਨਸਾਨੀ ਜਾਨਾ ਮੁੜ ਕੇ ਤੇਰੇ ਹੱਥ ਨਹੀਂ ਆਉਣਾ। ਇੱਕ ਦਿਨ ਜੱਗ ਤੋਂ ਤੁਰ ਜਾਣਾ ਬੜੀ ਮਿਹਰਬਾਨੀ। ਇੱਕ ਵਾਰ ਤਾਲੀ ਵਜਾ ਦਿਓ। ਬਹੁਤ ਸਾਰਾ ਯਮਲਾ ਸਾਹਿਬ ਤੋਂ ਖੁਸ਼ ਹੋ ਕੇ ਮਾਣ ਸਤਿਕਾਰ ਸਾਡੇ ਬਿੱਟੂ ਸਾਹਿਬ ਸਪੈਸ਼ਲ 500 ਰੁਪਇਆ ਨਾਮ ਕੀਤਾ। ਹੋਰ ਸੱਜਣਾਂ ਵੱਲੋਂ ਬਹੁਤ ਸਾਰਾ ਮਾਣ ਆਇਆ। ਮੈਂ ਤਹਿ ਦਿਲੋਂ ਪ੍ਰਵਾਦੀ ਹਾਂ, ਬਹੁਤ ਮਿਹਰਬਾਨੀ ਹੈ। ਅਗਲਾ ਪ੍ਰੋਗਰਾਮ ਸਾਡੇ ਬਿਰਦੀ ਸਾਹਿਬ। ਮਿਲਦੇ ਇੱਕ ਨਵੀਂ ਖਬਰ ਦੇ ਨਾਲ, ਤਦ ਤੱਕ ਦੇ ਲਈ ਦਿਓ ਇਜਾਜ਼ਤ। ਧੰਨਵਾਦ।